रियल पाकिस्तान की वीडियोस को देखने के लिए सब्सक्राइब कीजिए और बेल आइकन को दबाना मत भूलिएगा ताकि हमारी वीडियोस आप तक सबसे पहले पहुंचे। पहुँचे नाजरीन मैं हूं आपका मेजबान फिदा फरूकी और आप देख रहे हैं रियल पाकिस्तान जी नाजरीन अब हमने वो शख्स ढूंढ लिया है जिस शख्स की आप आवाज़ सुनते हैं और हर शख्स हर बच्चा उनकी आवाज़ से वाकिफ़ है हर बड़ा उनकी आवाज़ से वाकिफ़ है मेल है कोई फीमेल है छोटा है या बड़ा है पूरा पाकिस्तान उनकी आवाज़ से वाकिफ़ है लेकिन कोई शख्स उनके चेहरे से वाकिफ़ नहीं ਅੱਜ ਹਮ ਆਪਕੋ ਉਹਨਾਂ ਦਾ ਚਿਹਰਾ ਦਿਖਾਤੇ ਹਾਂ ਕਿ ਉਹ ਕੌਣ ਸਾ ਚਿਹਰਾ ਹੈ ਉਹ ਕੌਣ ਸੀ ਸ਼ਖਸੀਅਤ ਹੈ ਜਿਸ ਨੇ ਪੂਰੇ ਪਾਕਿਸਤਾਨ ਨੂੰ ਉਤੰਗ ਕਰਕੇ ਰੱਖਿਆ ਜੇ ਤੋ ਪੂਰਾ ਪਾਕਿਸਤਾਨ ਪਰੇਸ਼ਾਨ ਹੈ ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ ਐਸੇ ਹਲੇ ਤੱਕ ਆਏ ਨਹੀਂ ਆਜੋ ਬੱਚੋ ਆਜੋ ਪਾਪੜਾਂ ਵਾਲਾ ਓਏ ਓਏ ਭਾਜੀ ਭਾਜੀ ਇਹ ਕੌਣ ਹੈ ਤੁਸੀਂ ਭਾਜੀ ਆਣੀ ਜੇ ਬੰਦਾ ਹੈ ਮੈਂ ਅਸਲ ਬੰਦਾ ਜੇ ਭਾਜੀ ਆ ਵੇਖੋ ਮੈਨੂੰ ਸਿਆਨੋ ਮੈਨੂੰ ਟੀਵੀ ਤੇ ਲਿਆਓ ਭਾਜੀ ਇਹ ਬੰਦਾ ਝੂਠ ਮਾਰਦਾ ਭਾਜੀ ਇਹ ਕੋਈ ਨਹੀਂ ਪਾਪੜਾ ਪੂਪੜਾ ਵਾਲਾ ਉਹ ਤੁਹਾਨੂੰ ਵੀ ਫੋਨ ਕੀਤਾ ਸੀ ਤੂੰ ਅੱਛਾ ਤੁਸੀਂ ਮੈਨੂੰ ਫੋਨ ਕੀਤਾ ਸੀ ਮੈਂ ਤੁਹਾਨੂੰ ਫੋਨ ਕੀਤਾ ਤੇ ਮੈਨੂੰ ਸਿਆਨੋ ਨਾ ਪਾ ਦੀ ਫਿਰ ਮੈਂ ਉਹ ਕਿੱਥੇ ਦਰਵਾਜ਼ ਕੋਈ ਲਾਂਡਿਆ ਸੀ ਪਾਪੜਾਂ ਦੀ ਪਾਪੜਾਂ ਦੀ ਵਾਜ ਕੋਈ ਲਾਂਡਿਆ ਛਾਣੀ ਨਹੀਂ ਜਾ ਰਹੀ ਤੁਸੀਂ ਤੇ ਤੁਹਾਡੇ ਵਾਲ ਚਿੱਟੇ ਹੋ ਕੀ ਹੋ ਗਿਆ ਤੁਹਾਨੂੰ ਭਾਈ ਮੈਂ ਜਾ ਉਹ ਜਰਾ ਮੱਤਪੇ ਛਪੇ ਫਿਰਨਾ ਪਿਆ ਮੇਰੇ ਘਰ ਵਾਲਾ ਮੈਨੂੰ ਸਾਬਣ ਨਹੀਂ ਲੈ ਕੇ ਦਿੱਤਾਗਾ ਮੈਂ ਕੋਈ 10 ਰੁਪਏ ਵੀ ਲੈ ਲੈਣੇ ਤੇ ਕਹਿੰਦੇ ਨੇ ਸਾਬਣ ਕੋਈ ਨਹੀਂ ਲੱਭਾ ਲਾਕਡਾਊਨ ਹੋਇਆ ਤਾਂ ਸਾਬਣ ਕੋਈ ਨਹੀਂ ਲੋਕਾਂ ਦੀ ਵੱਧੋਆਂ ਤੇ ਨਹੀਂ ਲੱਗ ਗਈ ਨਹੀਂ ਨਹੀਂ ਵੱਧੋ ਹੋ ਸਕਦਾ ਇਹ ਕਈਆਂ ਨੇ ਖਿੱਟਾ ਖੱਟਾ ਪਾ ਦੇ ਗਲਾ ਖਰਾਬ ਹੋ ਗਿਆ ਜੀ ਭਾਵੇਂ ਇੰਜ ਵੀ ਹੋ ਸਕਦਾ ਜੀ ਤੁਸੀਂ ਤੰਗ ਬੜਾ ਕੀਤਾ ਲੋਕਾਂ ਨੂੰ ਬੜਾ ਪਰੇਸ਼ਾਨ ਕੀਤਾ ਹਰ ਗਲੀ ਵਿੱਚ ਹਰ ਨੁੱਕਰ ਵਿੱਚ ਹਰ ਚੌਕ ਚੁਰਾਹੇ ਵਿੱਚ ਹਰ ਮਹੱਲੇ ਵਿੱਚ ਤੁਹਾਡੀ ਆਵਾਜ਼ ਹੈ ਤੇ ਲੋਕੀ ਬੜੇ ਪਰੇਸ਼ਾਨ ਆਂਦੇ ਮਰੀਜ਼ਾਂ ਨੂੰ ਤੁਸੀਂ ਪਰੇਸ਼ਾਨ ਕਰਤਾ ਸੁੱਤੇ ਬਾਲ ਤੁਸੀਂ ਡਰਾ ਦਿੰਦੇ ਹੋ ਉਹ ਭਾਜੀ ਵੇਖੋ ਨਾ ਇੱਕ ਗੱਲ ਤੁਸੀਂ ਮੇਰੀ ਬਣੋ ਦੇ ਵੈਸੇ ਵੇਖੋ ਇੱਕ ਬੱਚਾ ਇੱਥੋਂ ਚੀਜ਼ ਲੈਣ ਵਾਸਤੇ ਜਾਦਾ ਉਹ ਨੁੱਕਰ ਤੋਂ ਤੇ ਕਿੰਨਾ ਟਾਈਮ ਲੱਗਦਾ ਤੇ ਮੈਂ ਤੁਹਾਡੇ ਬੂਏ ਅੱਗੇ ਵੇਖੋ ਆਵਾਜ਼ ਲੈ ਕੇ ਆ ਜਨਾ ਆ ਜਾਓ ਬੱਚਿਓ ਆ ਜਾਓ ਬਾਲੋ ਪਾਪੜਾਂ ਵਾਲਾ ਆਜੇ ਤੇ ਉੱਥੇ ਇੰਜ ਦੱਸ ਦਿੱਤੇ ਤੇ ਪਾਪੜੇ ਦੇ ਅੰਦਰ ਆਪਣੇ ਘਰ ਵੜ ਜਾਂਦੇ ਸਰਵ ਵਧੀਆ ਨਹੀਂ ਹੈਗਾ ਭਾਜੀ ਤੁਸੀਂ ਮੈਨੂੰ ਨਹੀਂ ਵਧੀਆ ਜੀ ਵਧੀਆ ਬਹੁਤ ਜ਼ਬਰਦਸਤੀ ਬੜਾ ਚੰਗਾ ਜਰਾ ਕੋਈ ਸੁਣਾਓਗੇ ਹੋਰ ਵੀ ਆਵਾਜ਼ ਕੋਈ ਸਿੱਟੀਆਂ ਦੀ ਕੋਈ ਕੁਲਫੀਆਂ ਦੀ ਕੋਈ ਲੋਹੇ ਲੈਲਣ ਦੀ ਕੋਈ ਆਵਾਜ਼ ਹਾਂਜੀ ਪੂਰੇ ਪਾਕਿਸਤਾਨ ਵਿੱਚ ਜੀ ਮੈਂ ਬਖਤ ਪਾਈ ਬੈਠਾ ਹਾਂ ਜੀ ਤੇ ਬੱਚੇ-ਬੁੱੱਚੇ ਸਾਰੇ ਬੜੇ ਖੁਸ਼ ਨੇ ਜੀ ਮੇਰੀ ਇੱਕ ਨਜ਼ਮ ਬੜੀ ਮਸ਼ਹੂਰ ਹੋਈ ਜੀ ਆ ਲੋ ਲਾਲਨ ਤੋਂ ਪਾਪੜ ਲਓ ਸੁਕੀਆਂ ਰੋਟੀਆਂ ਤੋਂ ਪਾਪੜ ਲਓ ਪਿੱਤਲ ਸਿਲਵਰ ਟੀਨ ਡੱਬੇ ਤੋਂ ਪਾਪੜ ਲਓ ਕਰਾਰੇ ਪਾਪੜ ਲਓ 12 ਮਸਾਲਿਆਂ ਵਾਲੇ ਪਾਪੜ ਜਿਹੜਾ ਇੱਕ ਵਾਰੀ ਖਾਏਗਾ ਬਾਰ ਬਾਰ ਆਏਗਾ ਦੇਸ ਪੰਜਾਬ ਦਾ ਖਾਸ ਤੋਹਫਾ ਛੋਟੇ ਵੱਡਿਆਂ ਦੀ ਖਾਸ ਪਸੰਦ ਪਾਪੜ ਆਪ ਖਾਓ ਬੱਚਿਆਂ ਨੂੰ ਲੈ ਕੇ ਦਿਓ ਆਜੋ ਬੱਚਿਓ ਆਜੋ ਬਾਲੋ ਪਾਪੜ ਵਾਲਾ ਆਜੇ ਆਜੋ ਬੱਚਿਓ ਆਜੋ ਬਾਲੋ ਪਾਪੜ ਵਾਲਾ ਆਜੇ ਪਾਪੜ ਮੇਰੇ ਬੜੇ ਕਰਾਰੇ ਭਾਂ ਨੇ ਵਿੱਚ ਮਸਾਲੇ ਸਾਰੇ ਪਾਪੜ ਮੇਰੇ ਬੜੇ ਕਰਾਰੇ ਭੈਣੇ ਵਿੱਚ ਮਸਾਲੇ ਸਾਰੇ ਲੈ ਦਿਓ ਪਾਪੜ ਵਾਲਾ ਨੂੰ ਲੈ ਦਿਓ ਪਾਪੜ ਵਾਲਾ ਨੂੰ ਤੇ ਪੈਸੇ ਨਾ ਬਚਾਇਆ ਜੇ ਆ ਜੋ ਬੱਚਿਓ ਆ ਜੋ ਬਾਲੋ ਪਾਪੜਾਂ ਵਾਲਾ ਆ ਜੇ ਤੁਸੀਂ ਤੇ ਭਾਈ ਸਾਰੇ ਬੱਚੇ ਇਕੱਠੇ ਕਰ ਲੇ ਬੱਚੇ ਸੁਣ ਕੇ ਆਗੇ ਵਾਕਈ ਕੋ ਆਪਣਾ ਵਾਲਾ ਆਇਆ ਉਹ ਪਾਜੀ ਅਸਲ ਦੇ ਵਿੱਚ ਪਾਜੀ ਮੈਂ ਬੜਾ ਮਸ਼ਹੂਰ ਜਿਹਾ ਬੰਦਾ ਹੋਇਆ ਪਿਆਵਾਂ ਜੀ ਤੇ ਫਿਰ ਮੇਰੀ ਬਾਤ ਜਿੱਥੇ ਸੁਣਦੇ ਨਾ ਤੇ ਬੱਚੇ ਸਾਰੇ ਇਕੱਠੇ-ਕੁੱਠੇ ਹੋ ਜਾਂਦੇ ਨੇ ਜੀ ਅਸਲ ਦੇ ਵਿੱਚ ਹਰ ਪਾਸੇ ਹੀ ਤੇ ਪਾਜਾ ਮੇਰੀਆਂ ਹੀ ਚਲਦੀਆਂ ਪਿਆ ਨਾ ਉਹ ਮੇਰੇ ਘਰ ਵਾਲੇ ਜਿੱਥੇ ਜਾਂਦੇ ਨਾ ਸਿਆਲਕੋਟ ਸਾਈਵਾਲ ਡਸਕਾ ਉਕਾੜਾ ਮਲਤਾਨ ਸ਼ਹਿਪੂਰਾ ਫਰੂਕਾਬਾ ਜਿੱਥੇ ਜਾਂਦੇ ਉਹ ਕਹਿੰਦਾ ਤੈਨੂੰ ਹੀ ਵੇਖੀਦਾ ਤੈਨੂੰ ਹੀ ਸੁਣੀਦਾ ਤੂੰ ਹੀ ਹਰ ਪਾਸੇ ਰਹੁੰਦਾ ਫਿਰਨਾ ਪਿਆਉਣਾ ਪਾਪੜ ਛਾਪੜ ਕੁਲਫੀਆਂ ਬੋਤਲਾਂ ਮਸ਼ਹੂਰ ਮੈਂ ਬੜਾ ਹੋਇਆ ਪਿਆ ਪਤਾ ਨਹੀਂ ਮਾ ਟੀਵੀ ਤੇ ਆਇਆ ਪਿਆ ਜਿਹੜਾ ਬੰਦਾ ਟੀਵੀ ਤੇ ਆਇਆ ਭਾਜੀ ਮਸ਼ਹੂਰ ਹੋ ਜਾਂਦਾ ਤੁਸੀਂ ਦੱਸੋ ਨਹੀਂ ਬਿਲਕੁਲ ਬਿਲਕੁਲ ਮਸ਼ਹੂਰ ਹੋ ਜਾਂਦਾ ਹੈ ਲੇਕਿਨ ਤੁਸੀਂ ਸਿਰਫ ਵੇਚਣ ਤੋਂ ਇਲਾਵਾ ਤੁਸੀਂ ਮੰਗਣ ਦਾ ਵੀ ਕੰਮ ਬਹੁਤ ਕਰਦੇ ਹੋ ਖੈਰ ਅਸਲ ਦੇ ਵਿੱਚ ਨਾ ਮੈਂ ਜਦੋਂ ਸ਼ਰੀਲਾ ਬੜਾ ਮਾਣਾ ਜੀ ਮੈਂ ਸ਼ਰੀਲਾ ਬੜਾ ਪੂਰਾ ਪਾਕਿਸਤਾਨ ਦੇ ਗਲੂਕਾਰ ਜਿਹੜਾ ਨਾ ਮੈਨੂੰ ਆਂਦੇ ਨੇ ਬੜਾ ਸ਼ਰੀਲਾ ਉਹ ਅਕਰਮ ਭਾਈ ਤੋਂ ਬਾਅਦ ਸ਼ਰੀਲਾ ਜੀ ਤਾਬਲਾ ਤੋਂ ਬਾਅਦ ਸ਼ਰੀਲਾ ਇਹਦੇ ਪਾਪੜ ਬੜੇ ਮਸ਼ਹੂਰ ਹੋਏ ਪਣ ਉਹ ਜਦੋਂ ਫਿਰ ਮੈਂ ਵਾਇਆ ਭਰਦਾ ਰਿਆ ਨਾ ਤੇ ਫਿਰ ਨਾ ਫੈਸਲਾਪੁਰ ਤੋਂ ਇੱਕ ਮਾਈ ਆ ਗਈ ਮਾਈ ਕਹਿੰਦੀ ਏ ਇਹ ਪੁੱਤਰਾ ਮੈਂ ਬਸ ਦਾਗਰ ਹਾਂ ਤੂੰ ਐ ਮੈਂ ਕਿ ਜੀ ਬੇਬੇ ਮੈਂ ਹੀ ਹੁਕਮ ਕਰ ਕਹਿੰਦੀ ਵੇ ਪੁੱਤਰਾ ਮੈਨੂੰ ਆਵਾਜ਼ ਭਰ ਕੇ ਦੇ ਉਹ ਜਿਹੜੀ ਬੁੱਡੀਆਂ ਨਹੀਂ ਮੰਗਦੀਆਂ ਉਹ ਆਵਾਜ਼ ਭਰ ਕੇ ਦੇ ਤੇ ਮੈਂ ਕਿਹਾ ਜੀ ਮੈਂ ਤੁਹਾਨੂੰ ਭਰ ਦੇਣਾ ਤੇ ਕਹਿੰਦੀ ਉਹ ਬੁੱਢੀ ਵਹਾ ਸਾਨੂੰ ਜਿਹੜੀ ਆਵਾਜ਼ਾਂ ਲਾਂਦੀ ਹੈ ਉਹ ਬੁੱਢੀ ਕਿਹੜੀ ਹੈ ਉਹ ਮੈਂ ਕਿਹਾ ਖਾਲਾ ਜੀ ਮੈਂ ਹੀ ਭਰਨਾ ਕਹਿੰਦੀ ਤੂੰ ਤੇ ਭਾਈ ਹੋਵੇ ਮੈਂ ਕਿਹਾ ਨਹੀਂ ਖਾਲਾ ਜੀ ਮੈਂ ਉਹ ਬੁੱਢੀ ਦੀ ਆਵਾਜ਼ ਮੈਂ ਆਪ ਬੋਲਦਾ ਵਾਂ ਕਹਿੰਦੀ ਚੱਲ ਫਿਰ ਮੇਰੇ ਸਾਹਮਣੇ ਬੋਲ ਕੇ ਵਾ ਉਹਨੇ ਫਿਰ ਮੈਨੂੰ ਅੰਜਰ ਪੈਸੇ ਕੱਢ ਕੇ ਵਾਏ ਕਹਿੰਦੀ ਮੈਂ ਵਾਕਈ ਆਵਾਜ਼ ਰਿਕਾਰਡ ਕਰਾਣੀ ਹੈ ਤੇ ਤੂੰ ਮਾਨੂੰ ਉਹ ਆਵਾਜ਼ ਜਰਾ ਸੁਣਾ ਹਾਂ ਜਿਹੜੀ ਮੰਗਣ ਵਾਲੀ ਬੁੱਢੀਆਂ ਭਰਦੇ ਮੈਂ ਫਿਰ ਉਹ ਆਵਾਜ਼ ਸੁਣਾ ਤੁਹਾਨੂੰ ਸੁਣਾਓ ਜੀ ਟੀਵੀ ਤੇ ਆਦੀ ਨਾ ਬਿਲਕੁਲ ਬਿਲਕੁਲ ਟੀਵੀ ਤੇ ਆ ਰਹੀ ਹੈ ਤੋ ਪੈਣਾਵਾਂ ਲੱਤਾ ਤੂੰ ਮਜ਼ੂਰਾ ਹੱਥਾਂ ਦੀਆਂ ਤਲੀਆਂ ਤੇ ਚੱਲਨੀ ਆਵਾ ਸਾਡਾ ਕੋਈ ਖੱਟਣ ਕਮਾਉਣ ਵਾਲਾ ਨਹੀਂ ਦਾ ਦੁਨੀਆ ਤੇ ਸੱਤ ਰਹਤ ਹੱਥਾਂ ਦਿੱਤਾ ਕੰਮ ਹੋਣਾ ਜੇ ਜੀਮ ਜੋੜ ਕੇ ਹੱਥ ਦੁਆ ਮੰਗੋ ਪੁੱਤਰ ਮਰਨ ਨਾ ਬੁੱਢਿਆ ਮਾਪਿਆਂ ਦੇ ਵੈਰੀ ਦੁਸ਼ਮਣ ਨਾਲ ਵੀ ਇੰਜ ਨਾ ਹੋਵੇ ਪਾਰ ਚੁੱਕੇ ਨਾ ਜਾਣ ਸਿਆਪਿਆਂ ਦੇ ਵਾਹ ਜੀ ਵਾਹ ਵੇ ਵੈਸੇ ਨਾ ਇਹ ਜਿੰਨੇ ਲੋਗ ਮੰਗਦੇ ਆ ਤੁਹਾਡਾ ਹਿੱਸਾ ਹੋਣਾ ਚਾਹੀਦਾ ਵਿੱਚ ਮੈਨੂੰ ਹਿੱਸਾ ਦੇਣ ਤਾਂ ਸਰ ਜੀ ਮੈਂ ਤਾਂ ਫਿਰ ਉਹ ਟੁੱਟੀ ਕਾਰ ਨਾਲ ਲੈਣਾ ਸਰ ਜੀ ਮੈਂ ਉਹੀ ਭਾਜੀ ਮੈਂ ਸਾਈਕਲ ਤੇ ਲਗਾ ਫਰਨਾ ਵਾ ਉਹ ਵੀ ਪੈਂਚਰ ਹੋ ਜਾਂਦੀ ਤੇ ਪੈਂਚਰ ਲਵਾਉਣ ਵਾਸਤੇ ਬੜੀ ਦੂਰ ਜਾਣਾ ਪੈਂਦਾ ਭਾਜੀ ਮੈਂ ਵੀਰ ਹੋ ਜਾਵਾਂਗਾ ਕਿ ਨਹੀਂ ਨਹੀਂ ਆਬ ਹੋ ਜੋਗੇ ਤੁਹਾਨੂੰ ਹੁਣ ਤੱਕ ਹੋ ਜਾਣਾ ਚਾਹੀਦਾ ਇਹ ਤੁਹਾਡੇ ਨਾਲ ਜ਼ਿਆਦਤੀ ਹੋ ਰਹੀ ਤੇ ਤੁਹਾਡੀ ਆਵਾਜ਼ ਲੈ ਕੇ ਚਲੇ ਜਾਂਦੇ ਤੁਹਾਡੀ ਆਵਾਜ਼ ਤੋਂ ਲੋਕ ਪੈਸਾ ਕਮਾਉਂਦੇ ਲੋਕ ਮੰਗਦੇ ਆ ਲੋਕ ਪਾਪੜ ਵੇਚਦੇ ਹੈ ਕਾਰੋਬਾਰ ਕਰਦੇ ਆ ਤੇ ਤੁਹਾਡਾ ਹਿੱਸਾ ਤੇ ਬਣਦਾ ਤੁਹਾਨੂੰ ਥੋੜਾ ਬੋੜਾ ਦੇਣਾ ਚਾਹੀਦਾ ਹਾਂਜੀ ਬਿਲਕੁਲ ਮੇਰਾ ਜੀ ਜੀ ਦੀ ਪੈਸਾ ਕਰਾ ਦੇਣਾ ਉਹ ਜਿਹੜਾ ਜੀਜੀ ਪੈਸਾ ਨਹੀਂ ਹੁੰਦਾ ਜੀਜੀ ਪੈਸਾ ਉਹ ਜਿਹੜਾ ਮੋਬਾਈਲ ਤੋਂ ਮੋਬਾਈਲ ਆ ਜਾਂਦਾ ਉਹ ਮੈਨੂੰ ਕਰਾ ਦੇਣ ਜੀਜੀ ਪੈਸਾ ਤੇ ਸਰ ਮੈਂ ਬੜਾ ਅਮੀਰ ਹੋ ਸਕਦਾ ਤੇ ਤੁਸੀਂ ਤੁਸੀਂ ਪੈਸੇ ਲਿਆ ਕਰੋ ਤੁਸੀਂ ਫ੍ਰੀ ਵਿੱਚ ਕਿਉਂ ਆਵਾਜ਼ ਰਿਕਾਰਡ ਕਰਕੇ ਦਿੰਦੇ ਹੋ ਮੈਂ ਮਸ਼ਹੂਰੀ ਵਾਸਤੇ ਫ੍ਰੀ ਕਰਦਾ ਰਿਹਾ ਵਾਂ ਹੁਣ ਮੈਂ ਪੈਸੇ ਮੰਗਣਾ ਤੇ ਕਹਿੰਦੇ ਨੇ ਅਸੀਂ ਕਾਫੀ ਚਲਾ ਲਏ ਨੇ ਉਹ ਮੇਰੀ ਆਵਾਜ਼ ਦੀ ਕਾਪੀ ਨਹੀਂ ਹੋਉਂਦੀ ਜਿਹੜੀ ਕਹਿੰਦੇ ਨੇ ਬਿਲੀਓ ਟਰਥ ਉਹ ਬਿਲੀਓ ਟਰਥ ਕਰ ਕਰਕੇ ਨਾ ਤੇ ਉਹ ਆਵਾਜ਼ ਉਹ ਆਵਾਜ਼ ਜਿਹੜੀ ਉਹ ਮੋਬਾਈਲ ਤੇ ਜਾਂਦੀ ਆਵਾਜ਼ ਉਹਨੂੰ ਬਿਲੀਓ ਟਰਥ ਕਰਕੇ ਤੇ ਉਹ ਪੂਰ ਮਸ਼ਹੂਰ ਹੋਏ ਪੈਣੀ ਆ ਵੀ ਤਾਂ ਮੈਨੂੰ ਪੈਸੇ ਵੀ ਨਹੀਂ ਆਉਂਦੇ ਤੇ ਮੇਰੀ ਆਵਾਜ਼ਾਂ ਪੂਰੇ ਪਾਕਿਸਤਾਨ ਵੇਜ ਲੋ ਕੀ ਸੁਣਦੇ ਕਰਨੇ ਹੁਣ ਤਾਂ ਪਠਾਨ ਵੀ ਆਨ ਲਾ ਪੈਣੇ ਅੱਛਾ ਹਾਂਜੀ ਤੁਹਾਨੂੰ ਦੱਸਿਆ ਨਹੀਂ ਕਿਸੇ ਨੇ ਉਹੋ ਤੋ ਇਹ ਤੂੰ ਪਠਾਣਾ ਦੀ ਵਾਦੀ ਤੁਸੀਂ ਕੱਢਦੇ ਹੋ ਉਹ ਸਾਰੇ ਪਠਾਣਾ ਦੀ ਬਾਦਸ਼ਾਹ ਮੇਰੇ ਕੋਲ ਪਿੱਛੇ ਆਏ ਨੇ ਪਠਾਨ ਮੀਆਂ ਬੀਵੀ ਆਏ ਦੋਵੇਂ ਉਹ ਮੈਨੂੰ ਕਹਿੰਦੇ ਨੇ ਜੀ ਸਾਸੀ ਤੇਰੇ ਕੋਲ ਬਾਜ ਪਰੋਣੀ ਹੈ ਅਸੀਂ ਪਸ਼ਾਵਰ ਤੋਂ ਆਏ ਆ ਤੇ ਤੂੰ ਬਾਜ ਸਾਨੂੰ ਭਰ ਕੇ ਦੇ ਤੇਰੀ ਬਾਜ ਹਰ ਪਾਸੇ ਚੱਲਦੀ ਪਈ ਮੈਂ ਕਿਹਾ ਤੁਸੀਂ ਪਠਾਨ ਹੋ ਤੇ ਦੱਸੋ ਮੈਂ ਤੁਹਾਨੂੰ ਬਾਜ ਭਰ ਕੇ ਦਿਖਾ ਦੇ ਕਹਿੰਦੇ ਪਛਤੋਂ ਆਂਦੀ ਮੈਂ ਕਿਹਾ ਮੈਨੂੰ ਸਾਰੀਆਂ ਬੋਲੀਆਂ ਆਉਂਦੀਆਂ ਮੈਂ ਸਾਰੀਆਂ ਬੋਲੀਆਂ ਸਿੱਖੀਆਂ ਤੇ ਮੈਂ ਕਿਹਾ ਤੁਸੀਂ ਦੱਸੋ ਕਾਹਦੀ ਬਾਜ ਪਰੋਣੀ ਕਹਿੰਦੇ ਅਸੀਂ ਜੁੱਤੀਆਂ ਪਾਲਿਸ਼ ਕਰ ਰਹੇ ਆ ਫੇਟੁਰ ਕੇ ਨਾ ਉਹ ਇੱਕ ਲੱਕੜ ਦਾ ਬਸਕਾ ਯਾਰ ਰੱਖਿਆ ਬੁੱਢੀ ਨੇ ਹ ना जी। ओ, तराशा, वोरा, आपको उस शख्सियत से मिलवाया आज तक आप उनकी आवाज सुनते चले आए हैं आज तक आप उनको सुनते चले आए हैं फिर बड़ी बात यह कि बच्चे से लेके बड़ों तक उनकी आवाज से वाकिफ हैं ਔਰ بڑے ਲੋਕ بڑے ਬੱਚੇ ਦੇਖਣਾ ਅਭੀ ਯਹਾਂ ਉਨਕੀ ਵਾਸਨ ਕੇ ਅਭੀ ਬੱਚੇ ਇਕੱਠੇ ਵੀ ਹੋ ਗਏ ਸ਼ਾਇਦ ਸਮਝੇ ਵਾਕਿਓ ਕਿ ਪਾਪੜਾ ਵਾਲਾ ਆ ਗਿਆ ਹੈ ਤੋ ਅੱਜ ਹਮਨੇ ਆਪਕੋ ਹੋਂ ਸੇ ਮਿਲਵਾਇਆ ਸੋਦਾਗਰ ਨਾਮ ਹੈ ਇਨਕਾ ਸ਼ਰਕਪੁਰ ਕੇ ਯੇ ਰਹਿਨੇ ਵਾਲੇ ਹੈ ਔਰ ਮਜ਼ੀਦ ਯੇ ਕਿਸੇ ਨੂੰ ਲੋਡ ਹੋਵੇ ਕਿਸੇ ਮੰਗਣ ਵਾਲੇ ਨੂੰ ਕਿਸੇ ਭਿਕਾਰੀ ਨੂੰ ਕਿਸੇ ਪਾਪੜਾ ਵਾਲੇ ਨੂੰ ਤੋ ਯਾ ਜਨਾਬ ਸ਼ਰਕਪੁਰ ਸ਼ਹਿਰ ਸੋਦਾਗਰ ਨਾਮ ਸੋਦਾਗਰ ਖਾਨ ਮੇਰਾ ਨਾਮ ਜੀ ਮੈਂ ਸ਼ਰਕਪੁਰ ਸ਼ਹਿਰ ਦੇ ਰਹਿਣ ਵਾਲਾ ਤੋ ਟੀਵੀ ਦੇ ਉੱਤੇ ਮਾ ਆਂਦੇ ਆਂ ਤੇ ਰੀਅਲ ਪਾਕਿਸਤਾਨ ਟੀਵੀ ਦਾ ਨਾਮ ਜੇ ਹੁਣ ਕਾਪੀ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ ਐਡਰੈਸ ਤੁਸੀਂ ਇਹਨਾਂ ਕੋਲ ਆ ਕੇ ਤੁਸੀਂ ਇਹਨਾਂ ਕੋਲ ਆ ਕੇ ਆਵਾਜ਼ ਰਿਕਾਰਡ ਕਰਵਾ ਸਕਦੇ ਹੋ ਤੇ ਆਪਣੇ ਪਾਪੜ ਕੁਲਫੀਆਂ ਸਿੱਟੇ ਸਭ ਕੁਝ ਵੇਚ ਸਕਦੇ ਹੋ ਜੇ ਤੁਹਾਡਾ ਕੋਈ ਮੰਗਣ ਵਾਲਾ ਕੰਮ ਹੈ ਤੇ ਮੰਗ ਸਕਦੇ ਹੋ ਹਾਂਜੀ ਮੰਗੋ ਬੂੰਗਾ ਪਰ ਮੇਰੇ ਕੋ ਪੈਸੇ ਨਹੀਂ ਮੰਗਣੇ ਕਈ ਬੰਦੇ ਮੈਨੂੰ ਆ ਗਿਆ ਨੇ ਲੈ ਆਈ ਡੀ ਦੂਰੋਂ ਆਏ ਆ ਵਾਈ 5-7000 ਰੁਪਿਆ ਕਰਾਇਆ ਲਾ ਕੇ ਆਏ ਆ ਤੁਹਾਨੂੰ ਪਲਿਓ ਖਵਾ ਪਿਆ ਨਾਲੇ ਵਾਈ ਭਰ ਕੇ ਦੇ ਮੈਂ ਉਹ ਕੰਮ ਨਹੀਂ ਨਾ ਕਰਨਾ ਮੈਂ ਟੀਵੀ ਤਾਂ ਦੱਸਣ ਡਿਆ ਸਾਰਿਆਂ ਨੂੰ ਆਹੋ ਕਿਉਂ ਫਦਾ ਸਾਹਿਬ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ये देखिए जी नाज़रीन हमने आज आपको वो चेहरा दिखा दिया जो बड़ा जान, जानी जानी पहचानी आवाज लेकिन अब आप चेहरे को भी जानेंगे और इसी के साथ ही हम इजाज़त चाहते हैं अगर आप में से किसी के पास कोई टैलेंट है कोई हुनर है कोई फ़न है या कोई भी मोटिवेशनल स्टोरी है या कुछ भी ऐसा है जो आप आवाम तक पहुंचाना चाहते हैं आवाम को दिखाना चाहते हैं नीचे दिए गए व्हाट्सएप पर हमसे रबता करें हम बनेंगे आपकी आवाज़ इसी के साथ ही हमें इजाज़त दीजिए इन नेक्स्ट मिलते हैं एक न्यू वीडियो के साथ तब तक के लिए अल्लाह हाफिज़ पाकिस्तान जी